ਇਹਨਾਂ ਦਾ ਸਭ ਇਹਨਾਂ ਦਾ ਵੀ ਬਹੁਤ ਧੱਕਾ ਹੋਇਆ ਤੇ ਵੀ ਡੈਥ ਕੇਸ ਸੀ ਜੀ ਜਿਹਦਾ ਅਨਸਰ 2 ਲੱਖ ਦਾ ਸੱਪ ਨਾਲ ਸਾਨੂੰ ਪਾਸ ਕਰਵਾ ਕਹਿੰਦਾ ਜੀ ਕੇਸ ਦਾ ਅੱਜ ਮੇਨ ਜਿਹੜਾ ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ 71 ਹੋਣ ਦਾ ਮਕਸਦ ਇੱਕ ਹੀ ਆ ਕਿ ਜਿਹੜੇ ਹਾਸਤਾਗ੍ਰਸਤ ਹੋਏ ਸੀਗੇ ਜ਼ਿਮੀਂਦਾਰ ਜਾਂ ਹੋਰ ਜਿਨ੍ਹਾਂ ਦੇ ਸੱਪ ਡੱਸਣ ਨਾਲ ਜਾਂ ਕਿਸੇ ਦੀ ਥਰੈਸ਼ਰ 'ਚ ਬਾਂਹ ਆਉਣ ਨਾਲ ਕਿਸੇ ਦਾ ਹੱਥ ਕੱਟਿਆ ਗਿਆ ਉਹਨਾਂ ਨੂੰ ਜਿਹੜੀ ਪੰਜਾਬ ਸਰਕਾਰ ਵੱਲੋਂ ਮੰਡੀਕਰਨ ਬੋਰਡ ਵੱਲੋਂ ਜਿਹੜੀ ਵਿੱਤੀ ਸਹਾਇਤਾ ਦੇਣੀ ਸੀਗੀ ਉਹਦੇ ਸੰਬੰਧ ਜਿੰਨੇ ਪੈਂਡਿੰਗ ਕੇਸ ਪਏ ਸੀਗੇ ਉਹ ਸਾਰੇ ਅੱਜ ਉਹਨਾਂ ਪਰਿਵਾਰਾਂ ਨੂੰ ਦਿੱਤੀ ਗਈ ਹੈ ਤਾਂ ਮੇਰੇ ਖਿਆਲ 4 ਪਰਿਵਾਰ ਜਿਹੜੇ ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ ਦੇ ਨੇ ਤਾਂ ਇੱਕ ਪਰਿਵਾਰ ਜਿਹੜਾ ਹਾਸਤਾਗ੍ਰਸਤ ਮਾਰਕੀਟ ਕਮੇਟੀ ਕਲਾਨਵ ਦਾ ਉਹਨੂੰ ਵੀ ਇੱਥੇ ਹੀ ਬੁਲਾ ਕੇ ਲਗਭਗ 7,25,000 ਜਿਹੜੀ ਅਮਾਊਂਟ ਹੈ ਸਰਕਾਰ ਵੱਲੋਂ ਬਣਦੀ ਸੀਗੀ ਉਹਨਾਂ ਪਰਿਵਾਰਾਂ ਨੂੰ ਅੱਜ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਦੇ ਵੀ ਜਿਹੜਾ 2021 ਦੇ ਸੀਗੇ ਪੈਸੇ 9 ਕੇਸ ਸੀਗੇ ਉਹਦੇ ਵਿੱਚ 15 ਲੱਖ ਤੱਕ 75,000 ਰੁਪਈਆ ਉਹ ਜਿਹੜਾ ਉਹ ਵੀ ਦਿੱਤਾ ਗਿਆ। ਹੁਣ ਮੇਰੇ ਖਿਆਲ ਮਾਰਕੀਟ ਕਮੇਟੀ ਵੱਲੋਂ ਸੈਕਟਰੀ ਸਾਹਿਬ ਮੇਰੇ ਨਾਲ ਨੇ ਕੋਈ ਵੀ ਐਸਾ ਕੇਸ ਨਹੀਂ ਗਾ ਜਿਨ੍ਹਾਂ ਦਾ ਕੋਈ ਐਸਾ ਹਾਸਤਾਗ੍ਰਸਤ 'ਚ ਹੋਇਆ ਹੋਵੇ ਤਾਂ ਆਪਾਂ ਕੋਈ ਉਹਨਾਂ ਦੀ ਬਕਾਇਆ ਪੇਮੈਂਟ ਕਰਨ ਵਾਲੀ ਹੋਵੇ ਤਾਂ ਮੈਂ ਅਰਦਾਸ ਬੇਨਤੀ ਕਰਦਾ ਪਰਮਾਤਮਾ ਗੜੇ ਕਿ ਐਸੇ ਪੈਸੇ ਤਾਂ ਕਿਸੇ ਨੂੰ ਨਹੀਂ ਮਿਲਣੇ ਚਾਹੀਦੇ, ਪਰਿਵਾਰਾਂ 'ਚ ਚੁੱਪ ਸ਼ਾਂਤੀ ਰਹਿਣੀ ਚਾਹੀਦੀ ਹੈ। ਜੀ ਕੇ ਦਾ ਚਲੇ ਗਿਆ ਤਾਂ ਮੇਰੇ ਖਿਆਲ 2 ਲੱਖ ਦੇ ਦਿਉ, ਭਾਵੇਂ ਕਿਸੇ ਨੂੰ 10 ਲੱਖ ਵੀ ਦੇ ਦਿਉ, ਉਹਦਾ ਪਰਿਵਾਰ ਦਾ ਜੀ ਤਾਂ ਨਹੀਂ ਮੁੜਨਾ। ਇਹ ਤਾਂ ਇੱਕ ਹੁਣ ਜਿਹੜੀ ਬਣਿਆ ਸਿਸਟਮ ਹੈ ਸਰਕਾਰ ਦਾ ਉਹ ਜਿਹੜੀ ਸਹੂਲਤ ਆ ਆਪਾਂ ਦਿੰਦੇ ਹਾਂ, ਬਾਕੀ ਇੰਨਾ ਹੀ ਕਹਿੰਦਾ ਸਾਰਿਆਂ ਦਾ ਇੱਥੇ ਆਇਆਂ ਦਾ ਧੰਨਵਾਦ ਵੀ ਹਾਂਜੀ ਰੰਧਾਵਾ ਸਾਹਿਬ ਡੇਰਾ ਬਾਬਾ ਨਾਨਕ ਬਿਲਕੁਲ ਕਰਾਂਗੇ ਜੀ। ਸਾਡੀ ਸਿਰਫ ਪੰਜਾਬ ਸਰਕਾਰ ਦਾ ਇੱਕ ਹੀ ਤਾਂ ਮੁੱਦਾ ਨਜਾਇਜ਼ ਕਬਜ਼ੇ ਛਡਾਉਣੇ। ਤੁਸੀਂ ਵੇਖਿਆ ਜਿਹੜੇ ਸਾਡੇ ਪੇਂਡੂ ਵਿਕਾਸ ਮੰਤਰੀ ਆ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਕਿਵੇਂ ਨਜਾਇਜ਼ ਕਬਜ਼ੇ ਛਡਾਏ ਆ। ਮੈਂ ਆਪਣੇ ਪਿੰਡ ਦੀ ਗੱਲ ਕਰਦਾ, ਮੇਰੀ 50 ਸਾਲ ਉਮਰ ਹੈ, 55 ਸਾਲ ਹੋ ਗਈ ਹੈ। ਮੈਂ ਉਹ ਜ਼ਮੀਨਾਂ ਛਡਾਈਆਂ ਨੇ ਪਿੰਡ 'ਚ ਜਿਨ੍ਹਾਂ ਦਾ ਲੋਕਾਂ ਨੂੰ ਪਤਾ ਹੀ ਨਹੀਂ ਸੀਗੀ ਕਿ ਇਹ ਪੰਚਾਇਤ ਦੀਆਂ ਨੇ, ਉਹਨਾਂ ਤੋਂ ਵੀ ਕਬਜ਼ੇ ਇਸ ਵਾਰੀ ਛਡਾ ਕੇ ਉਹਨਾਂ ਦੀਆਂ ਬੋਲੀਆਂ ਕਰਵਾਈਆਂ ਵਾ ਤਾਂ ਰੈਵਨਿਊ ਪੰਜਾਬ ਸਰਕਾਰ ਦਾ ਵਧਾਇਆ। ਜਿੱਥੇ ਟ੍ਰੈਫਿਕ ਸਮੱਸਿਆ ਦੀ ਇੱਥੇ ਬੜੀ ਵੱਡੀ ਪ੍ਰੋਬਲਮ ਆ, ਰਣਜੀਤ ਸਿੰਘ ਚੌਂਕ ਆ, ਇੱਥੇ ਵੇਖੋ ਤੁਸੀਂ ਲੋਕਾਂ ਨੇ ਪਾਰਕ ਵਾਂਗੂ ਇਹਨਾਂ ਨੂੰ ਵਰਤਦੇ। ਮੈਂ ਉਹਨਾਂ ਨੂੰ ਮੈਂ ਹੁਣੇ ਉਹ SHO ਨੂੰ ਕਰਦਾ ਫੋਨ ਕਿ ਇੱਥੇ ਕੋਈ ਵੀ ਟ੍ਰੈਫਿਕ ਤੋਂ ਜੋ ਕੋਈ ਜਿਹੜੀ ਆ ਇਹਨਾਂ ਲੋਕਾਂ ਨੂੰ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ, ਜਿਹੜੇ ਇੱਥੇ ਗੱਡੀਆਂ ਲਾਉਂਦੇ ਆ ਜਾਂ ਨਜਾਇਜ਼ ਕਰਦੇ ਨੇ ਉਹਨਾਂ 'ਤੇ ਫੌਰਨ ਤੌਰ 'ਤੇ ਕੋਈ ਐਕਸ਼ਨ ਕਰਾਂਗੇ ਅਤੇ ਉਹਨਾਂ ਨੂੰ ਸਾਈਡ 'ਤੇ ਕਰਾਵਾਂਗੇ।